ਅਮਰਨਾਥ ਯਾਤਰਾ ਲਈ ਸੁਰੱਖਿਆ ਵਜੋਂ ਪਛਾਣ ਪੱਤਰ ਰੇਡੀਓ ਫ੍ਰੀਕੁਐਂਸੀ ਨਾਲ ਲੈਸ। ਅੱਜ ਅਮਰਨਾਥ ਯਾਤਰਾ ਲਈ ਪਹਿਲਾ ਜਥਾ ਜੰਮੂ ਦੇ ਆਧਾਰ ਕੈਂਪਾਂ ਤੋਂ ਰਵਾਨਾ ਹੋਇਆ। ਪਵਿੱਤਰ ਅਮਰਨਾਥ ਯਾਤਰਾ ਦੇ ਸੁਰੱਖਿਆ ਪ੍ਰਬੰਧਾਂ ਵਿੱਚ ਇਸ ਵਾਰ ਨਵੀਂ ਤਕਨੀਕ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਰੇਡੀਓ ਫ੍ਰੀਕੁਐਂਸੀ ਨਾਲ ਲੈਸ ਪਛਾਣ ਪੱਤਰ ਟੈਗ ਵਾਹਨਾਂ ਉੱਤੇ ਲਗਾਏ ਗਏ ਹਨ। ਇਹ ਰੇਡੀਓ ਫ੍ਰੀਕੁਐਂਸੀ ਬੇਸਡ ਆਈਡੀ ਟੈਗ ਹੈ। ਇਹ ਗਾੜੀ ਕੇ ਉੱਪਰ ਲਗਨੇ ਕੇ ਬਾਅਦ ਵੋ ਗਾੜੀ ਰਿਸੈਪਸ਼ਨ ਸੈਂਟਰ ਕੇ ਸਾਹਮਨੇ ਸੇ ਜਬ ਵੀ ਗੁਜ਼ਰਤਾ ਹੈ ਹਮੇ ਖਬਰ ਮਿਲ ਜਾਏਗਾ ਕਿ ਇਹ ਕੌਨਵੋਏ ਕੇ ਸਾਥ ਮੇਂ ਕਿਤਨੀ ਵੀ ਗਾੜੀ ਹੈ ਸਭ ਮੇਂ ਟੈਗ ਲਗ ਜਾਏਗਾ, ਰੇਡੀਓ ਫ੍ਰੀਕੁਐਂਸੀ ਬੇਸਡ ਆਈਡੀ ਟੈਗ, ਔਰ ਉਸਕੋ ਮੋਨੀਟਰਿੰਗ ਰਿਸੈਪਸ਼ਨ ਸੈਂਟਰ ਕੇ ਥਰੂ ਹੋਗਾ। 10 ਮੀਟਰ ਕੇ ਅੰਦਰ ਵੋ ਗਾੜੀ ਇਸ ਰੋਡ ਸੇ ਪਾਰ ਹੋਗਾ, ਜੋ ਯੂੰ ਹੀ ਪਾਰ ਹੋਤੇ ਹੀ ਹਮਾਰੇ ਵੋ ਕੰਪਿਊਟਰ ਉਸਕੋ ਰਿਕਾਰਡ ਕਰਕੇ ਇਨਫੋਰਮੇਸ਼ਨ ਪਾਸ ਕਰੇਗੇ ਕਿ ਯੇ ਗਾੜੀਆਂ ਗਈ ਹੈ। ਅਗਰ ਕੋਈ ਗਾੜੀ ਇਸ ਮੇਂ ਨਹੀਂ ਆਇਆ ਹੈ ਵੋ ਅਲਾਰਮ ਦੇਗਾ ਕਿ ਯੇ ਗਾੜੀਆਂ ਨਹੀਂ ਆਈ ਹੈ, ਤੋ ਤੁਰੰਤ ਹਮ ਆਈਜੀ ਕੰਟਰੋਲ ਰੂਮ ਔਰ ਅਦਰ ਨਾਕਾ ਪੁਆਇੰਟਸ ਪੇ ਇਨਫੋਰਮ ਕਰੇਂਗੇ ਔਰ ਉਸਕੋ ਢੂੰਢ ਲਿਆ ਜਾਏਗਾ। ਇਹ ਪਿਛਲੇ ਸਾਲ ਇੱਕ ਯਾਤਰੀ ਗਾੜੀ ਰਾਸਤੇ ਮੇਂ ਰੁਕਨੇ ਕੇ ਬਾਅਦ ਰਾਤ ਕੋ ਅਨੰਤਨਾਗ ਪਾਰ ਕਰਤੇ ਹੋਏ ਉਨਕੋ ਉੱਪਰ ਗੋਲੀ ਕਾ ਬਰਸਾਤ ਹੁਆ, ਉਸਕੇ ਰੋਕਨੇ ਕੇ ਲੀਏ ਯੇ ਇੰਤਜ਼ਾਮ ਕੀਏ ਗਏ ਹੈ।